ਬਟਾਲਾ ਚ ਫਲਾਈਓਵਰ ਤੇ ਤੇਜ਼ ਰਫ਼ਤਾਰ ਸਵਿਫਟ ਗੱਡੀ ਨੇ ਮੋਪਿਡ ਮੋਟਰਸਾਈਕਲ ਅਤੇ ਆਟੋ ਚ ਮਾਰੀ ਟੱਕਰ। 5 ਲੋਕ ਹੋਏ ਜ਼ਖਮੀ। ਸਵਿਫਟ ਗੱਡੀ ਸਵਾਰ ਸੀ ਨਸ਼ੇ ਦੀ ਹਾਲਤ ਵਿੱਚ। ਮੌਕੇ ਤੋਂ ਹੋਇਆ ਫਰਾਰ। ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਫਲਾਈਓਵਰ ਦੇ ਦਿਨ ਦੁਪਹਿਰ ਦੇ ਇੱਕ ਤੇਜ਼ ਰਫ਼ਤਾਰ ਸਵਿਫਟ ਗੱਡੀ ਨੇ ਇੱਕ ਮੋਟਰਸਾਈਕਲ ਮੋਪਿਡ ਅਤੇ ਆਟੋ ਨੂੰ ਬੁਰੀ ਤਰ੍ਹਾਂ ਠੋਕਿਆ। ਇਸ ਹਾਦਸੇ ਵਿੱਚ 5 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਿਫਟ ਗੱਡੀ ਸਵਾਰ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਓਵਰ ਸਪੀਡ ਕਾਰਨ ਸਵਿਫਟ ਗੱਡੀ ਨੇ ਇਸ ਹਾਦਸੇ ਨੂੰ ਅੰਜਾਮ ਦਿੱਤਾ। ਮੌਕੇ 'ਤੇ ਸਵਿਫਟ ਗੱਡੀ ਸਵਾਰ ਅਤੇ ਉਸਦਾ ਸਾਥੀ ਤਾਂ ਮੌਕੇ ਤੋਂ ਫਰਾਰ ਹੋ ਗਏ ਹਨ, ਪਰ ਆਪਣੀ ਇਸ ਗਲਤੀ ਨਾਲ 5 ਲੋਕਾਂ ਨੂੰ ਗੰਭੀਰ ਜ਼ਖਮੀ ਕਰ ਗਏ। ਮੌਕੇ 'ਤੇ ਪਹੁੰਚੀ ਪੁਲਿਸ ਟੀਮ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਅਤੇ ਰੁਕੀ ਹੋਈ ਟ੍ਰੈਫਿਕ ਨੂੰ ਪੁਲਿਸ ਵੱਲੋਂ ਮੁੜ ਸ਼ੁਰੂ ਕਰਵਾਇਆ ਗਿਆ। ਕੋਲੋਂ ਤੋਂ ਉਤਰਨ ਦੇ ਥੱਲੇ ਗੱਡੀ 'ਤੇ ਸੀਗਾ ਮੈਂ, ਉਹ ਅੱਗੋਂ ਕਾਰ ਆਈ, ਕਾਰ ਵਾਲੇ ਨੇ ਓਵਰਟੇਕ ਕਰਨ ਗਿਆ, ਪਹਿਲਾਂ ਮੋਟਰਸਾਈਕਲ ਨੂੰ ਕਰਤਾ ਦਿੱਤਾ, ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰੇ। ਹਾਂਜੀ, ਦੌੜ ਗਏ, ਆਪ ਦਾਰੂ ਪੀਤੀ। ਹਾਂ, ਕਿੰਨੇ ਕੁ ਲੋਕ ਚੰਗੇ? 3 ਜਨਾਨੀਆਂ ਸੀ ਜਿਹਦੇ ਵਿੱਚ, 2 ਜਣੇ ਸੀ। ਹਾਂਜੀ, ਅਤੇ ਨੁਕਸਾਨ ਵੀ ਹੋਇਆ ਵਹੀਕਲਾਂ ਦਾ? ਹਾਂ, ਬਹੁਤ ਜ਼ਿਆਦਾ, ਮੇਰੇ ਸ਼ੀਸ਼ਾ ਟੁੱਟ ਗਿਆ, ਬੜਾ ਭੱਜ ਗਿਆ। 40-50 ਮੋਟਰਸਾਈਕਲ ਤੋਂ ਉਹ ਪਤਾ ਨਹੀਂ ਕਿੱਥੇ ਲੈ ਗਏ, ਉਹਨਾਂ ਦਾ ਜ਼ਿਆਦਾ ਨੁਕਸਾਨ। ਜਿਹਨਾਂ ਨੂੰ ਪਹਿਲਾਂ ਮੋਟਰਸਾਈਕਲ ਕੁਦਲਿਆ ਨਾ, ਉਹ ਪਤਾ ਨਹੀਂ ਉਹਨਾਂ ਨੂੰ ਹੋਰ ਗਦਾਲੀਆ ਰੋਡ ਦੇ ਸੀ ਬੰਦੇ, ਉਹਨਾਂ ਨੂੰ ਪਤਾ ਨਹੀਂ ਕਿਹੜੇ ਹਸਪਤਾਲ 'ਚ ਖੜਿਆ, ਉਹਨਾਂ ਦਾ ਜ਼ਿਆਦਾ ਨੁਕਸਾਨ। ਉਹ ਗੱਡੀ ਵਾਲੇ ਵੀਰ ਜੀ, ਗੱਡੀ ਆਉਂਦੀ ਗਾਲੀਆਂ ਬੜੀ ਤੇਜ਼, ਆਟੋ 'ਚ ਮਾਰੀ ਗੱਡੀ। ਹਾਂਜੀ, ਆਟੋ 'ਚ ਗੱਡੀ ਮਾਰੀ। ਅਸੀਂ ਆਟੋ 'ਚ ਕਸੂਰ ਗੱਡੀ ਵਾਲੇ ਦਾ ਵੀਰ ਜੀ, ਆਟੋ ਵਾਲਾ ਤੇ ਆਪਣੇ ਹੱਥ ਆਉਣ ਡਿਆ ਸੀ। ਪ੍ਰਸ਼ਾਸਨ ਕੋ ਅਸੀਂ ਕੀ ਮੰਗ ਕਰਨੀ, ਅਸੀਂ ਤਾਂ ਇੰਨਾ ਹੀ ਆਉਂਦੇ ਵੀਰ ਜੀ, ਅਸੀਂ ਬਚ ਗਏ ਹਾਂ, ਆਟੋ ਵਾਲੇ ਦੀ ਮਦਦ ਕੀਤੀ ਜਾਏ, ਮਾਤੜ ਬੰਦਾ। ਮੇਰਾ ਨਾਮ ਸੁਖਮਿੰਦਰ ਕੌਰ ਆ, ਮੈਂ ਤੇ ਆਟੋ 'ਚ ਜਾ ਰਹੀ ਸੀਗੀ, ਰਸਤੇ 'ਚ ਦੇਖਿਆ ਕਿ ਐਕਸੀਡੈਂਟ ਹੋਇਆ ਪਿੱਛੇ ਕਾਫੀ, ਮੈਂ ਆਪਣਾ ਆਟੋ ਖਿਲਾਰ ਕੇ ਅੱਗੇ ਆ ਕੇ ਦੇਖਿਆ, ਮਰਮ ਪੱਟੀ ਕੀਤੀ ਆ, ਹਾਲਤ ਨਹੀਂ ਦੇਖੀ ਜਾ ਰਹੀ, ਕਾਫੀ ਜ਼ਿਆਦਾ ਜਿਹੜੇ ਉਹਨਾਂ ਦੇ ਡੀਪਲੀ ਇੰਜਰਡ ਹੋਏ ਨੇ, ਉਹਨਾਂ ਦੇ ਆਟੋ ਚਾਲਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਹੜੇ ਨਾਲ ਪੈਸੰਜਰ ਬੈਠੀਆਂ ਸੀ ਸਵਾਰੀਆਂ ਉਹ ਵੀ। ਮੈਂ ਤਾਂ ਕਿਤੇ ਬਹੁਤ ਦੂਰ ਪਿੱਛੇ ਆਟੋ 'ਚ ਬੈਠੀ ਹੋਈ ਸੀ, ਮੈਂ ਦੇਖਿਆ ਕਿ ਕੀ ਗੱਲ ਆ, ਮੈਂ ਉਸ ਆਟੋ 'ਚ ਉਤਰ ਕੇ ਆ ਕੇ ਅੱਗੇ ਇਹਨਾਂ ਦੀ ਆਪ ਖੁਦ ਮਰਮ ਪੱਟੀ ਕੀਤੀ ਆ, ਹਾਲਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਆ, ਬਾਕੀ ਗੱਡੀ ਵੀ ਬਹੁਤ ਭੱਜ ਚੁੱਕੀ ਜਿਹਦੇ ਨਾਲ ਐਕਸੀਡੈਂਟ ਹੋਇਆ ਜਿਹਨੇ ਕੀਤਾ ਨਾਲ। ਹਾਂਜੀ, ਸਰਕਾਰਾਂ ਨੂੰ ਚਾਹੀਦੀ ਇੱਕ ਸਪੀਡ ਤੈਅ ਕਰਨੀ ਚਾਹੀਦੀ ਆ, ਦੂਸਰਾ ਕੋਈ ਸਪੀਡ ਬ੍ਰੇਕਰ ਵਗੈਰਾ ਵੀ ਇੱਥੇ ਬਹੁਤ ਜ਼ਰੂਰੀ ਆ, ਇੱਕ ਦੋ ਹੋਣੇ ਥੋੜਾ ਖਹਿਰਾ ਹੋਣ ਦੇ ਕਾਰਨ, ਚਲੋ ਵੱਡੇ ਐਕਸੀਡੈਂਟ ਤੋਂ ਬੰਦਾ ਬਚ ਸਕਦਾ ਆ, ਮੌਤ ਦੇ ਮੂੰਹ ਤੇ ਜਾਣ ਤੋਂ ਬੰਦਾ ਬਚ ਸਕਦਾ, ਕਿ ਰੋਜ਼ ਇੰਨੀ ਜ਼ਿਆਦਾ ਟ੍ਰੈਫਿਕ ਜਾਂਦੀ ਹੈ ਤੇ ਦੋ ਸਪੀਡ ਬ੍ਰੇਕਰ ਹੋਣੇ ਚਾਹੀਦੇ ਐਟਲੀਸਟ।